ਅੱਜ ਪਿੰਡ ਕਿੱਲਿਆਂਵਾਲੀ ਚ ਜਿਹੜਾ ਸਾਡਾ 16ਵਾਂ ਮੱਛੀ ਪੂਮ ਫਾਰਮ 15 ਏਕੜ ਵਿੱਚ ਬਣਿਆ, 10 ਕਰੋੜ 10 ਲੱਖ ਦੀ ਜਿਹੜੀ ਇਹਦੇ 'ਤੇ ਲਾਗਤ ਆਈ ਹੈ, ਜਿਹੜੀ ਪੰਚਾਇਤੀ ਰਾਜ ਵੱਲੋਂ ਕੀਤੀ ਗਈ ਹੈ। ਇਹ ਇਸ ਇਲਾਕੇ ਨੂੰ ਪੰਜਾਬ ਦੇ ਲੋਕਾਂ ਦੇ ਸਪੁਰਦ ਕਰ ਦਿੰਦੇ ਹਨ, ਜਿਹਦੇ ਨਾਲ ਬਹੁਤ ਵੱਡਾ ਫਾਇਦਾ ਜਿੱਥੇ ਜ਼ਿਮੀਂਦਾਰਾਂ ਨੂੰ ਕਿ ਅਸੀਂ ਖੇਤੀਬਾੜੀ ਕਰਦੇ ਹਾਂ, ਉਹਦੇ ਨਾਲ ਅਸੀਂ ਇੱਕ ਸਹਾਇਕ ਧੰਦਾ ਵੀ ਤੋਰੀਏ, ਜਿਹਦੇ ਨਾਲ ਸਾਡੇ ਜੀਵਨ ਵਿੱਚ ਖੁਸ਼ਹਾਲੀ ਆਵੇ, ਸਾਡਾ ਗੁਜ਼ਾਰਾ ਅੱਛਾ ਹੋਵੇ। ਤੋ ਇੱਥੋਂ ਜਿਹੜਾ ਹੈ ਕੂੰਗਾ ਲੋਕਾਂ ਲਈ ਵਧੀਆ ਮੁਹੱਈਆ ਕਰਾਇਆ ਜਾਇਆ ਕਰੂੰਗਾ ਔਰ ਸਿਖਲਾਈ ਵੀ ਦਿੱਤੀ ਜਾਇਆ ਕਰੂੰਗੀ, ਜਿਹਦੇ ਨਾਲ ਇਹ ਨੇੜੇ ਤੇੜੇ ਦੇ ਲੋਕਾਂ ਨੂੰ ਜਿੱਥੇ ਪਾਣੀ ਵੀ ਖਾਰਾ, ਜਿਹਦੇ ਵਿੱਚ ਪਹਿਲਾਂ ਤਾਂ ਜਿਹੜੀ ਵੈਸੇ ਮੱਛੀ ਫਾਰਮ ਸੀ, ਹੁਣ ਮੈਂ ਇਹ ਵੀ ਕਹਿੰਦਾ ਕਿ ਅਸੀਂ ਇਹਨੂੰ ਝੀਂਗਾ ਜਿਹੜੀ ਨਸਲ ਹੈ ਕਿ ਜਿਹੜੀ ਖਾਰੇ ਪਾਣੀ ਵਿੱਚ ਹੁੰਦੀ ਹੈ, ਉਹਦੇ ਵਾਸਤੇ ਵੀ ਪ੍ਰਮੋਟ ਕਰਾਂਗੇ ਆਉਣ ਵਾਲੇ ਸਮੇਂ 'ਚ। ਤੋ ਲੋਕਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ। ਮੇਰੇ ਨਾਲ ਸਾਡੇ ਮੱਛੀ ਪਾਲਣ ਦੇ ਡਾਇਰੈਕਟਰ ਸਾਹਿਬ ਜਸਬੀਰ ਸਿੰਘ ਜੀ ਅਤੇ ਹੋਰ ਇਹਨਾਂ ਦੇ ਅਧਿਕਾਰੀ ਨੇ, ਸਾਡੇ ਇਸ ਅਬੋਹਰ ਹਲਕੇ ਦੇ ਇੰਚਾਰਜ ਨਾਰੰਗ ਜੀ, ਚੇਅਰਮੈਨ ਸਾਹਿਬ, ਸਾਰੇ ਇਕੱਠੇ ਹੋ ਕੇ ਅੱਜ ਇਸ ਨੂੰ ਚਲਾਉਣ ਵਾਸਤੇ ਪਿੰਡ ਵਾਲਿਆਂ ਦੇ ਸਪੁਰਦ ਕਰ ਲਈਆਂ ਇਹ ਇਲਾਕੇ ਨੂੰ। ਅੱਜ ਪਿੰਡ ਕਿੱਲਿਆਂਵਾਲੀ 'ਚ ਜਿਹੜਾ ਸਾਡਾ 16ਵਾਂ ਮੱਛੀ ਪੂਮ ਫਾਰਮ 15 ਏਕੜ ਵਿੱਚ ਬਣਿਆ, 10 ਕਰੋੜ 10 ਲੱਖ ਦੀ ਜਿਹੜੀ ਇਹਦੇ 'ਤੇ ਲਾਗਤ ਆਈ ਹੈ, ਜਿਹੜੀ ਪੰਚਾਇਤੀ ਰਾਜ ਵੱਲੋਂ ਕੀਤੀ ਗਈ ਹੈ। ਇਹ ਇਸ ਇਲਾਕੇ ਨੂੰ ਪੰਜਾਬ ਦੇ ਲੋਕਾਂ ਦੇ ਸਪੁਰਦ ਕਰ ਦਿੰਦੇ ਹਨ, ਜਿਹਦੇ ਨਾਲ ਬਹੁਤ ਵੱਡਾ ਫਾਇਦਾ ਜਿੱਥੇ ਜ਼ਿਮੀਂਦਾਰਾਂ ਨੂੰ ਕਿ ਅਸੀਂ ਖੇਤੀਬਾੜੀ ਕਰਦੇ ਹਾਂ, ਉਹਦੇ ਨਾਲ ਅਸੀਂ ਇੱਕ ਸਹਾਇਕ ਧੰਦਾ ਵੀ ਤੋਰੀਏ, ਜਿਹਦੇ ਨਾਲ ਸਾਡੇ ਜੀਵਨ ਵਿੱਚ ਖੁਸ਼ਹਾਲੀ ਆਵੇ, ਸਾਡਾ ਗੁਜ਼ਾਰਾ ਅੱਛਾ ਹੋਵੇ। ਤੋ ਇੱਥੋਂ ਜਿਹੜਾ ਹੈ ਕੂੰਗਾ ਲੋਕਾਂ ਲਈ ਵਧੀਆ ਮੁਹੱਈਆ ਕਰਾਇਆ ਜਾਇਆ ਕਰੂੰਗਾ ਔਰ ਸਿਖਲਾਈ ਵੀ ਦਿੱਤੀ ਜਾਇਆ ਕਰੂੰਗੀ, ਜਿਹਦੇ ਨਾਲ ਇਹ ਨੇੜੇ ਤੇੜੇ ਦੇ ਲੋਕਾਂ ਨੂੰ ਜਿੱਥੇ ਪਾਣੀ ਵੀ ਖਾਰਾ, ਜਿਹਦੇ ਵਿੱਚ ਪਹਿਲਾਂ ਤਾਂ ਜਿਹੜੀ ਵੈਸੇ ਮੱਛੀ ਫਾਰਮ ਸੀ, ਹੁਣ ਮੈਂ ਇਹ ਵੀ ਕਹਿੰਦਾ ਕਿ ਅਸੀਂ ਇਹਨੂੰ ਝੀਂਗਾ ਜਿਹੜੀ ਨਸਲ ਹੈ ਕਿ ਜਿਹੜੀ ਖਾਰੇ ਪਾਣੀ ਵਿੱਚ ਹੁੰਦੀ ਹੈ, ਉਹਦੇ ਵਾਸਤੇ ਵੀ ਪ੍ਰਮੋਟ ਕਰਾਂਗੇ ਆਉਣ ਵਾਲੇ ਸਮੇਂ 'ਚ। ਤੋ ਲੋਕਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ। ਮੇਰੇ ਨਾਲ ਸਾਡੇ ਮੱਛੀ ਪਾਲਣ ਦੇ ਡਾਇਰੈਕਟਰ ਸਾਹਿਬ ਜਸਬੀਰ ਸਿੰਘ ਜੀ ਅਤੇ ਹੋਰ ਇਹਨਾਂ ਦੇ ਅਧਿਕਾਰੀ ਨੇ, ਸਾਡੇ ਇਸ ਅਬੋਹਰ ਹਲਕੇ ਦੇ ਇੰਚਾਰਜ ਨਾਰੰਗ ਜੀ, ਚੇਅਰਮੈਨ ਸਾਹਿਬ, ਸਾਰੇ ਇਕੱਠੇ ਹੋ ਕੇ ਅੱਜ ਇਸ ਨੂੰ ਚਲਾਉਣ ਵਾਸਤੇ ਪਿੰਡ ਵਾਲਿਆਂ ਦੇ ਸਪੁਰਦ ਕਰ ਲਈਆਂ ਇਹ ਇਲਾਕੇ ਨੂੰ।